ਸਿੱਧੂ ਮੂਸੇਵਾਲੇ ਦਾ ਕਤਲ ਜਿਸ ਥਾਰ ਦੇ ਵਿੱਚ ਹੋਇਆ ਸੀਗਾ ਉਹ ਥਾਰ ਸਿੱਧੂ ਮੂਸੇਵਾਲੇ ਦੀ ਖੋਦ ਹੀ ਨਹੀਂ ਸੀਗੀ ਮਤਲਬ ਖੋਦ ਦੇ ਨਾਮ ਰਜਿਸਟਰਡ ਨਹੀਂ ਸੀਗੀ ਉਹ ਥਾਰ ਕਿਸੇ ਲੇਡੀ ਦੇ ਨਾਮ ਰਜਿਸਟਰਡ ਆ ਜੋ ਜਲਦੀ ਹੀ ਪੁਲਿਸ ਦਾ ਇਹ ਕਹਿਣਾ ਕਿ ਉਹਨੂੰ ਹੈਂਡ ਓਵਰ ਕਰ ਦਿੱਤੀ ਜਾਊਗੀ ਤੇ ਇੱਥੇ ਫੈਨਸ ਲਈ ਇੱਕ ਵੱਡੀ ਖਬਰ ਹੈ ਕਿ ਉਹ ਜਿਹੜੀ ਥਾਰ ਆ ਉਹ ਐਜ਼ ਇਟ ਇਜ਼ ਹੀ ਜਿਹੜੀ ਸਿੱਧੂ ਦੀ ਹਵੇਲੀ ਦੇ ਵਿੱਚ ਰੱਖੀ ਜਾਊਗੀ ਤਾਂ ਕਿ ਜਿਹੜੇ ਫੈਨਸ ਸਿੱਧੂ ਦੀ ਹਵੇਲੀ ਦੇ ਵਿੱਚ ਅ ਦੇਖਣ ਆਉਂਦੇ ਨੇ ਹਵੇਲੀ ਨੂੰ ਉਹ ਉਸ ਥਾਰ ਨੂੰ ਵੀ ਦੇਖ ਸਕਣ ਜਿਸ ਦੇ ਵਿੱਚ ਸਿੱਧੂ ਦਾ ਕਤਲ ਹੋਇਆ ਸੀਗਾ ਕਿਵੇਂ ਗੋਲੀਆਂ ਲੱਗੀਆਂ ਸੀਗੀਆਂ ਸਾਰਾ ਜਿਹੜਾ ਚੀਜ਼ ਆ ਉਸ ਨੂੰ ਮੋਡੀਫਿਕੇਸ਼ਨ ਨਹੀਂ ਕੀਤੀ ਜਾਊਗੀ ਉਦਾਂ ਹੀ ਥਾਰ ਨੂੰ ਹਵੇਲੀ ਦੇ ਵਿੱਚ ਰੱਖਿਆ ਜਾਊਗਾ ਬਾਕੀ ਤੁਸੀਂ ਸੁਣੋ ਉਸ ਦਾ ਇਸ ਬਾਰੇ ਕੀ ਬਿਆਨ ਕਰੂਗਾ ਅਸੀਂ ਉਹਦੀ ਰਿਪੋਰਟ ਕਰਾਂਗੇ ਵੀ ਇਹਦੇ ਮਾਲਕ ਇਹ ਬੰਦਾ ਹੈ ਤਾਂ ਮਾਨਯੋਗ ਅਦਾਲਤ ਤੋਂ ਵੀ ਸਪੁਰਦਗੀ ਤਸਦੀਕ ਕਰਕੇ ਤੇ ਉਹਨੂੰ ਆਰਡਰ ਕਰ ਦੋਗੇ ਅਸੀਂ ਮਾਨਯੋਗ ਹੁਕਮ ਹਾਸਲ ਕਰਕੇ ਅਦਾਲਤ ਨੂੰ ਦੇ ਦਾਂਗੇ ਸਪੁਰਦ ਕਰ ਦਾਂਗੇ ਉਸ ਤਰ੍ਹਾਂ ਇੱਕ ਜਿ ਰਹੂਗੀ ਜੀ ਸੁਣਵਾਈ ਦਰਾਂ ਨੇ ਪੇਸ਼ ਵੀ ਹੋਊਗੀ ਕਚਹਿਰੀ 'ਚ ਮਾਨਜੋਤ ਜੱਜ ਸਾਹਿਬ ਇਹਦਾ ਪ੍ਰੀਖਣ ਕਰਨਗੇ ਸਾਰੀ ਅਦਾਲਤੀ ਪ੍ਰੋਸੈਸ ਦੇ ਵਿੱਚ ਪੈਂਡਿੰਗ ਰੱਖਣੀ ਪੈਣੀ ਹੈ ਇਸ ਤਰ੍ਹਾਂ ਤੇ ਜਿਹੜੇ ਉਹ ਮਾਲਕ ਹੋਰ ਕੋਈ ਪਾਰਟੀ ਹੈ ਉਹ ਜਿਹੜੇ ਆ ਰਹੇ ਨੇ ਵਿਕਣ